बहुत रंजिशें हैं यहाँ, बहुत रंजिशें हैं यहाँ लोगों के दरमियाँ। मुनासिब है हर शख्स को प्यार चाहिए। बहुत ऊंची हैं यहाँ, बहुत ऊंची हैं यहाँ मजहबों की दीवारें। इसे गिराने को शिक्षा का हथियार चाहिए, शिक्षा का हथियार चाहिए। देनी यार वो भी चीज़ आप देख के जाने हैं। यार इधर डेकोरेट कर दें, सब कुछ कर दें तो वो चीज़ बन जानी है साढ़े को। ये ना इधर भी थोड़ा खर्चा नहीं करना, इन चीज़ों को रख के मरे बस यार लिखना ही है कि ये सन का फलाने ने बनाया है। ਜੋ 30 ਸਾਲ ਪਹਿਲਾਂ ਸਪੋਰਟਸ ਵਿੰਗ ਹੁੰਦਾ ਸੀ ਉਹਨਾਂ ਦੀ ਮੈਸੇ ਮੈਸ ਕੰਟੀਨ ਹੁੰਦੀ ਸੀ ਤੇ ਉੱਥੇ ਜੀ ਸਪੋਰਟਸ ਵਿੰਗ ਦਾ ਤੇ ਮੈਨੂੰ ਪਤਾ ਹੈ ਦੋਨੋਂ ਦੇ ਦੇਣਾ ਤੇ ਮੁੰਡੇ ਇੱਥੇ ਹੀ ਛੱਤੀ ਛੁੱਪੀ ਜਾਓ। ਮੇਰੇ ਹਿਸਾਬ ਨਾਲ ਨਾ ਪੁਰਾਣੇ ਸਮੇਂ 'ਚ ਹੱਥਾਂ ਨਾਲ ਗਿਣਦਾ ਹੁੰਦਾ ਇਹ। ਹਾਂ ਹੱਥਾਂ ਨਾਲ ਹੀ ਹੋਣਾ ਇੰਦਾ, ਇਹ ਹੱਥਾਂ ਨਾਲ ਕੋਈ ਸਿਸਟਮ ਬਣਾਇਆ ਹੋਣਾ ਗਿਣਨੇ ਦਾ ਤੇ ਜਿਹੜਾ ਪਾਣੀ ਦੇਖ ਲਓ ਵੀ ਖੂਹ ਦੇ ਵਿੱਚੋਂ ਇਹ ਤਾਂ ਬੰਦ ਹੋ ਗਿਆ, ਨਹੀਂ ਤਾਂ ਪਾਣੀ ਤਾਂ ਅਜੇ ਵੀ ਐਵਿਡੈਂਸ 'ਚ ਹੁਣ ਉਹ ਐਡ ਮਤਲਬ ਕਿ ਸਾਡਾ ਅਸੀਂ ਮੇਰੀ ਮੈਂ 99 ਦੀ ਹੈ ਜੀ। ਹਾਂਜੀ ਇੱਥੋਂ ਸਾਡਾ ਲਾਸਟ ਮੈਚ ਉਦੋਂ ਜਦੋਂ ਗਲਤ ਸਕੂਲ ਨਹੀਂ ਨਾ ਬਣਿਆ ਸੀ ਉਦੋਂ ਸਿਰਫ ਕਲਾਸ 1 2 ਸਕੂਲੀਆਂ ਹੁੰਦੀਆਂ ਸੀ। ਸਾਡਾ ਲਾਸਟ ਮੈਚ ਜਦੋਂ ਹੋਣੀਆਂ ਸੀ ਬਾਅਦ 'ਚ ਫਿਰ ਗਲਤ ਸਕੂਲ ਬਣ ਗਿਆ ਤੇ ਫਿਰ ਇੱਥੇ ਮੁੰਡੇ ਬੋਲੀ ਪਹਿਲਾਂ ਦਸੂਏ ਵਿੱਚ ਵੀ ਸਰ 2000 ਦੇ ਵਿੱਚ ਸ਼ੁਰੂ ਕੀਤਾ 2001 'ਚ। ਓਕੇ ਉਹ ਪਾਣੀ ਸਰ ਸਾਰੇ ਉਹਨਾਂ ਦੀਆਂ ਬੈਰਗਾਂ ਜਿੱਥੋਂ ਹੋਈ ਨਾ ਹੁੰਦਾ ਹੈਗਾ ਬਸ ਉਹੀ ਉਹੀ ਸਿਸਟਮ ਹੀ ਨਾ ਹੈ ਸਰ। ਯਾ ਯਾ ਸਿਸਟਮ ਪਾਣੀ ਸਾਰੇ ਪਾਸੇ ਪਹੁੰਚਦਾ ਹੁਣ ਭਾਈ ਤੂੰ। ਹਾਂ 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 ਤੇ ਪੰਜਾਬੀ ਫਿਰ ਤੁਹਾਨੂੰ ਉਹਦੇ ਪੜਾਉਂਦੇ ਹੋਣੇ ਘੁੰਮਣ ਸਾਹਿਬ ਜੰਨਾ ਘੁੰਮਣ ਕੇ ਹੋਰ ਕੋਈ ਜਿਹਦੇ ਬਲਵੰਤ ਸਿੰਘ ਦਾ ਮਿੱਤਰ ਹੀ ਸੀਗਾ। ਹਾਂਜੀ ਹਾਂਜੀ ਸਰ ਉਹ ਸਾਰੇ ਉਹ ਹਾਂ ਉਹ ਵੀ ਰੰਗਲਾ ਬੰਦਾ ਉਹਦੇ ਘਰ ਦੇ ਜਾਓ ਤੇ ਵੈਸ ਸਿਰ ਤੇ ਬੋਤਲ ਰੱਖ ਕੇ ਨੱਚਦਾ ਹੁੰਦਾ ਉਹਨੇ ਜਿਵੇਂ ਚਾਰ ਚੜਦਾ ਹੁੰਦਾ ਉਹਦੇ ਨਾਲ ਦੇ ਕਿੰਨੇ ਹੀ ਅੱਜ ਜੇ ਸਿੱਖਿਆ ਦੇ ਮੰਦਰ ਨੂੰ ਇਸ ਵੀਡੀਓ ਦੇ ਜ਼ਰੀਏ ਆਪਦੇ ਰੂਬਰੂ ਕੀਤਾ ਜਾ ਰਿਹਾ ਹੈ ਉਹ ਅੰਗਰੇਜ਼ ਹਕੂਮਤ ਵੱਲੋਂ ਲਗਭਗ 1920 ਦੇ ਆਸ ਪਾਸ ਤਾਮੀਰ ਕਰਵਾਇਆ ਗਿਆ ਸੀ ਉਹ ਹੈ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਉਰਮੁਰ। ਬਲਵਿੰਦਰ ਸ਼ਾਇਦ ਸੱਲਾਂ ਤੋਂ ਪੜਿਆ ਜੀ ਸੱਲਾਂ ਪੜਿਆ ਜੀ ਉਹ ਤੁਹਾਡੇ ਇੱਕ ਮਰਦ ਦਾ ਲੈਕਚਰ ਅਕਤੂਬਰ 'ਚ ਰਿਟਾਇਰ ਹੋ ਗਿਆ ਉਹ ਇੱਕ ਵਾਰੀ ਆਇਆ ਬਲਜਿੰਦਰ ਫਿਰ ਕਿਤੇ ਪੁਰਾਣੇ ਜਮਾਤੀ ਉੱਥੋਂ ਹੋਣੇ ਇੱਕ ਵੱਡਾ ਵੱਡਾ ਸਾਇੰਸ ਮਾਸਟਰ ਹੁੰਦਾ ਸੀ ਸਭ ਨਾਲ ਉਹਦੀ ਇਹਨਾਂ ਦੇ ਸਾਰਿਆਂ ਦੀ ਆਇਆ ਮੇਰੇ ਛੋਟੇ ਦੇ ਭਰਾ ਦੇ ਵਿਆਹ ਦੇ ਵੱਡੇ ਨੂੰ ਗੋਡੀ ਹੱਥ ਲਾਵੇ ਬਲਵਿੰਦਰ। ਅੱਛਾ ਬਹੁਤ ਵਧੀਆ ਜੀ ਮਿਲਟਰੀ ਲੈਂਦੇ ਨੀ ਉਹਨਾਂ ਦੇ ਵੀ ਏਦਾਂ ਬੈਰਕਾਂ ਆਪਣੀਆਂ ਨੇ ਜਿਹੜੇ 1947 ਚ ਪੜ੍ਹੇ ਹੋਣਗੇ ਨਾ ਉਹਨਾਂ ਲਈ ਇਹ ਯਾਦਾਸ਼ਤੀ ਹੈ। ਇੱਥੇ ਕਈ ਵਾਰੀ ਪਾਕਿਸਤਾਨ ਤੋਂ ਆਉਂਦੇ ਨੇ ਜੀ ਦਫ਼ਤਰ ਦੇ ਸਾਹਮਣੇ ਕੌਲਿਆਂ ਦੇ ਨਾਲ ਉੱਧਰਲੇ ਬਲੋਕ 'ਚ ਉੱਚੀ ਉੱਚੀ ਰੋਂਦੇ ਭੱਬਾ ਮਾਰ ਕੇ ਜਿਵੇਂ ਜਿਹੜੇ ਇੱਥੋਂ ਪੜ੍ਹੇ ਹੋਣਗੇ। ਸਕੂਲ ਦੀ ਖੇਤੀ ਬੜੀ ਸੀਗੀ ਉਹ ਇੱਕ ਬੇਲਦਾਰ ਦੀ ਪੋਸਟ ਵੱਖਰੀ ਹੋਣੀ ਤੁਹਾਡੇ ਬੇਲਦਾਰ ਹੁੰਦਾ ਸੀ ਇੱਕ ਹਾਰਟੀਕਲਚਰ ਦਾ ਲੈਕਚਰਰ ਇੱਕ ਖੇਤੀ ਐਗਰੀਕਲਚਰ ਦਾ ਮਾਸਟਰ ਇੱਥੇ ਪਿੱਛੇ ਹੱਲ ਵਾਹੁਣੇ ਬੱਚਿਆਂ ਨੂੰ ਪ੍ਰੈਕਟੀਕਲ ਉੱਥੇ ਕੀ ਬਾਤ ਆ ਯਾਰ
ਸਾਰੀ ਪੁਰਾਣੀ ਬਿਲਡਿੰਗ ਕਿੱਥੇ ਨੂੰ ਦਿਖਾ ਸਕਦੇ ਸਾਰੇ ਉੱਥੇ ਚੁੱਕ ਕੇ ਜੀ ਸਤਮੁਚ ਵੀ ਜਿਹੜੇ ਪੜ੍ਹੇ ਹੋਣਗੇ ਉਹਨਾਂ ਲਈ ਤਾਂ ਜ਼ਿਆਦਾ ਹਸਤੀ ਹੈ। ਇੱਥੇ ਤਾਂ ਜਿਹਦੇ ਨਾਲ ਕੋਈ ਅੱਖਵਾਲ ਹੁੰਦਾ ਉਹਨੂੰ ਮਿਲੋ ਨਾ ਵੀ ਮਿਲੋ ਤਾਂ ਪਤਾ ਨਹੀਂ ਹੁੰਦਾ ਜੇ ਛੋਟੇ ਸਟਾਫ 'ਚ ਸਾਰਾ ਬੰਦਾ ਛੋਟੇ ਟੱਬਰ 'ਚ ਇੱਥੇ ਬੰਦਾ ਨਹੀਂ ਤਾਂ ਨਾ ਨਹੀਂ ਮਿਲਿਆ ਤਾਂ ਨਹੀਂ ਮਿਲਿਆ ਤਾਂ ਨਾ ਸੀ ਨਹੀਂ ਉਹ ਗਿਣਤੀ ਤਾਂ ਉੱਧਰ ਵੀ ਲੱਗਦਾ ਜ਼ਿਆਦਾ ਹੈ ਨਹੀਂ ਉਹ ਪਹਿਲਾਂ ਤਾਂ ਬਹੁਤ ਹੁੰਦੇ ਪੈਂਦੇ ਇੱਕ ਸੌ ਦਸ ਕੇ ਪੰਦਰਾਂ ਹੁੰਦੇ ਸੀ ਉਹਦੀਆਂ ਦੇ ਉਦੋਂ ਤਾਂ ਬੰਦੇ ਦੱਸਦੇ ਹੇਮਕੁੰਟ ਸਾਹਿਬ ਜਾ ਕੇ ਜਦੋਂ ਆ ਕੇ ਪ੍ਰਸ਼ਾਦ ਵੰਡਣਾ ਉਦੋਂ ਪਤਾ ਲੱਗਣਾ ਵੀ ਬੰਦਾ ਹੇਮਕੁੰਟ ਸਾਹਿਬ ਮੱਥਾ ਟੇਕਣਾ ਇਹ ਪਿੱਛੋਂ ਆ ਹੀ ਲੱਗੀ ਜਾਣ ਅਤੇ ਹੁਣ ਤਾਂ ਜਿਵੇਂ 50 ਕੁ ਰਹਿ ਗਏ ਨੇ ਫਿਰ ਸਾਡੇ ਸਿਕਿਉਰਟੀ ਵਾਲੇ ਸਾਰਿਆਂ ਨੇ ਆਪਣੀ ਇਸ ਭਾਰਤ ਦੀ ਬਣਾਈ ਬੱਚਿਆਂ ਦੀ ਜਿਹਦੀ ਗੱਲ ਹੋਈ ਆ ਸਾਡੇ ਅਸਲ ਚ ਉਹ ਸ਼ਰੀਕ ਸ਼ਰਾਕ ਹੀ ਨੇ ਜੀ ਉਹ ਸ਼ਰੀਕ ਨਹੀਂ ਸਾਡੇ ਸਾਰੇ ਇਹ ਕਲੱਬ ਇਹਨੂੰ ਐਵਰਗ੍ਰੀਨ ਕਲੱਬ ਬੋਲਦੇ ਸਭ ਤੋਂ ਜ਼ਿਆਦਾ ਇਹਦੇ 'ਚ ਮੈਂਬਰ ਹੋਣੇ ਜੀ ਜਦੋਂ ਜ਼ਿਆਦਾ ਸਟਾਫ ਘੱਟੋ ਘੱਟ 20-25-30 ਜਾਣੇ ਇੱਕ ਕਮਰੇ 'ਚ ਬੈਠਾਂ ਅਤੇ ਉਹ ਹਰ ਸੰਗਰਾਂਦ 'ਤੇ ਉਹਨਾਂ ਨੇ ਕੜਾਹ ਪਿਛਾਦ ਬਣਾਉਣਾ ਅਤੇ ਐਵਰਗ੍ਰੀਨ ਹੁਣ ਐਵਰਗ੍ਰੀਨ ਮਤਲਬ ਬੰਦੇ ਲੱਭਦਾ ਵੀ ਨਹੀਂ ਇੱਥੇ ਦੇ ਕਲੱਬ ਦੇ ਅਤੇ ਸਾਡੇ ਕਲਾਸ 'ਚ ਬਲਵੰਤ ਸਿੰਘ ਸਰ ਹੁੰਦੇ ਮੇਰੇ ਡੇਅਰ ਮਿਸਤਰੀ ਦੇ ਅਸੀਂ 5-6-7 ਜਾਣੇ ਹੋਣਾ ਅਤੇ ਹੁਣ ਮੈਂ ਇਕੱਲਾ ਹੀ ਰਹਿ ਗਿਆ ਜਾਂ ਮੈਨੂੰ ਸਾਰੇ ਆਪਣੇ ਬੈਠੀ ਦਾ ਮਿਸਤਰੀ ਬਣੇ ਹਾਂ ਬਾਹਰ ਹੀ ਲਗਾ ਦਿੱਤੀ ਬੱਸ ਦੇ ਪੂਰੇ
देखो मेरी हम चाबी जा नहीं है, यह जोग्राफी लैवल मेरी उपर तो उपर गोल जहा लगा उस पुराने जमाने का पखा बहर बह के देखिए मड़ी है जी नहीं हूँ फिर पेपर अच्छा ठीक 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 रेड़ा जहा गड्डा जहा मशीन जी ये सारी ये विशेष साहब ने डिस्प्ले लाइया अच्छा उन्होंने लाइया जी सर अपना ढोलवाल ढोलवाल अपना प्रवीण सर लाया ਉਹਨੇ ਆਣਾ ਵਣਾ ਮੁਲਤਾਨੀ ਦੇ ਜੀ ਮੁਲਤਾਨੀ ਦੇ ਚੱਲ ਬਹਿਣਾ ਉੱਥੇ ਹੀ ਆ ਦਿਖਾ ਅੱਜ ਤਾਂ ਦਿਖਾਈਏ ਕਿੰਨੇ ਆਈ ਐਸ ਪੀ ਸੀ ਦਾ ਡਿਸਪਲੇ ਇੱਕ ਮਿੰਟ ਸਰ ਜੀ ਆਪ ਨੂੰ ਕਰਿਆ ਟੈਡ ਆ ਬਾਕੀ ਤਾਂ ਸਾਰਾ ਕੁਝ ਸੇਮ ਹੀ ਹੈ ਕਹਿੰਦੇ ਜੀ ਪੁਰਾਣਾ ਕਲਚਰ ਨਹੀਂ ਹੈ ਪੁਰਾਣਾ ਕਲਚਰ ਵੀ ਸਾਰਾ ਕੁਝ ਦਿਖਾਤਾ ਇੱਥੇ वक्त की वहशी हवा, वक्त की वहशी हवा क्या क्या उड़ा कर ले गई, वक्त की वहशी हवा क्या क्या उड़ा कर ले गई, ये भी क्या कम है, ये भी क्या कम है कि कुछ उसकी कमी मौजूद है, उसकी कमी मौजूद है। इस अचीवमेंट बोर्ड पे लिखे वक्फ वक ना बस यादा ही बन के रह गए हैं। बोर्ड पे नाम लिखाउन दी इच्छा जिथे हर विद्यार्थी करता है पर कुछ दे हिस्से ही ये मान प्राप्त करन दी ए कुछ दे हिस्से ही आंदा है। ये नाले बच्चियां दी मेहनत वाले नंबर ने, ये उन्हां दी मेहनत वाले, ये इंटेलिजेंस ही हुण ते सारे नंबर दे के 95% कहिंदा मेरा बच्चा भी टॉपर, तेरा भी टॉपर है ना, मेरा भी टॉपर, ओहदा भी टॉपर, सारे बच्चे टॉपर टॉपर ही होई जांदे आ। ਅਭਿਮੰਦਰ ਸਿੰਘ ਮੁਲਤਾਨੀ ਜੀ, ਮੈਂ ਤਾਂ ਕੈਪਟਨ ਮਹਿੰਗਾ ਸਿੰਘ ਦਾ ਮੁੰਡਾ, ਫਰੀਦਕੋਟ ਤੋਂ ਡੀਸੀ ਰਿਟਾਇਰ ਹੋਇਆ। Thank you.
ਉੱਪਰ ਰੱਖ ਲੈਣੇ ਵੀ ਬਾਅਦ ਦੁਪਹਿਰ ਉਹਦੇ ਤੇ ਵੀ ਮਾਸਟਰ ਨੇ ਗੁੱਸਾ ਦੱਸਣਾ ਜੀ ਲੈਕਚਰਾਂ ਨੂੰ पर फुर्सत मिले, अगर फुर्सत मिले पानी की तहरीरों को पढ़ लेना, अगर फुर्सत मिले पानी की तहरीरों को पढ़ लेना, हर एक दरिया हज़ारों साल का अफसाना लिखता है, हज़ारों साल का अफसाना लिखता है। खुदा हाफिज़, अलविदा अलविदा।